ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਰਿੰਦਰਜੀਤ ਕੌਰ ਮੈਂ ਪਟਿਆਲੇ ਦੀ ਰਹਿਣ ਵਾਲੀ ਹਾਂ 2006 ਵਿੱਚ ਮੈਨੂੰ ਹਾਰਟ ਦੀ ਪ੍ਰੋਬਲਮ ਆਈ ਸੀ ਸਾਹ ਚੜ੍ਹਨ ਲੱਗ ਗਿਆ ਅਤੇ ਮੈਨੂੰ ਉਹ ਵੀ ਪਤਾ ਨਹੀਂ ਸੀਗਾ ਵੀ ਸਾਹ ਕਿਉਂ ਚੜ੍ਹ ਰਿਹਾ ਹੈ ਫਿਰ ਮੈਂ ਥੋੜ੍ਹਾ ਤੁਰਦੀ ਸੀ ਤਾਂ ਮੇਰੇ ਦਰਦ ਹੋਣ ਲੱਗ ਜਾਂਦਾ ਸੀ ਥੋੜ੍ਹਾ ਕੰਮ ਕਰਦੀ ਸੀ ਤਾਂ ਹਾਰਟ 'ਚ ਦਰਦ ਹੋਣ ਲੱਗ ਜਾਂਦਾ ਸੀ ਫਿਰ ਅਸੀਂ ਹੀਰੋ ਹਾਰਟ ਗਏ ਅਤੇ ਉੱਥੇ ਉਹਨਾਂ ਨੇ ਮੈਨੂੰ ਟੈਸਟ ਕੀਤਾ ਐਂਜੀਓਗ੍ਰਾਫੀ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਟੰਟ ਪਊਗਾ ਇੱਕ ਮੈਨੂੰ 90% ਦੱਸੀ ਸੀ ਉਹਨਾਂ ਨੇ ਬਲੋਕੇਜ ਅਤੇ ਇੱਕ 65% ਦੱਸੀ ਅਤੇ ਮੈਨੂੰ ਸਟੰਟ ਪਾਤਾ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਜੀ ਬਹੁਤ ਆਰਾਮ ਲੱਗਿਆ ਉਸ ਤੋਂ ਬਾਅਦ 5-6 ਮਹੀਨੇ ਹੁੰਦੇ ਮੈਨੂੰ ਲੱਗਣ ਲੱਗਿਆ ਕਿ ਮੈਨੂੰ ਫੇਰ ਪ੍ਰੋਬਲਮ ਆ ਰਹੀ ਅਤੇ 5-6 ਮਹੀਨੇ ਤਾਂ ਮੈਂ ਇਸ ਤਰ੍ਹਾਂ ਹੀ ਕੱਢੇ ਡਾਕਟਰ ਸਾਹਿਬ ਕੋਲ ਵੀ ਗਈ ਬਸ ਅਸੀਂ ਕਹਿੰਦੇ ਰਹੇ ਕੋਈ ਦਵਾਈ ਖਾ ਲਈ ਇੱਕ ਨਹੀਂ ਖਾ ਲਈ ਜਾਂ ਸਹੀ ਨਹੀਂ ਖਾਂਦੇ ਪਰ ਉਸ ਤੋਂ ਬਾਅਦ ਇਸ ਤਰ੍ਹਾਂ ਹੋਇਆ ਜੀ ਮੈਨੂੰ ਪਟਿਆਲੇ 'ਤੇ ਕੋਈ ਹੋਰ ਮਿਲ ਗਿਆ ਐਸ ਪੀ ਸਾਹਿਬ ਉਹਨਾਂ ਨੇ ਦੱਸਿਆ ਕਿ ਅਸੀਂ ਇੱਥੋਂ ਮਤਲਬ ਜਿੱਥੇ ਅਸੀਂ ਆਏ ਹਾਂ ਵੀ ਇੱਥੋਂ ਇਲਾਜ ਕਰਾਇਆ ਹੈ ਉਹ ਠੀਕ ਹੈ ਅਤੇ ਮੈਂ ਜੀ ਇੱਥੇ ਆਈ ਇੱਥੇ ਮੈਨੂੰ ਉਹਨਾਂ ਨੇ ਕੋਰਸ ਕਰਾਉਣਾ ਸੀ 30 ਡ੍ਰਿਪਾਂ ਲੱਗਦੀਆਂ ਨੇ ਪਹਿਲਾਂ 2-3 ਦਿਨ ਛੱਡ ਕੇ ਅਤੇ ਉਹ ਮੈਂ ਲਵਾਉਂਦੀ ਰਹੀ ਪਹਿਲਾਂ ਤਾਂ ਮੈਨੂੰ ਐਂ ਲੱਗਿਆ ਸ਼ਾਇਦ ਫਰਕ ਨਹੀਂ ਪੈਂਦਾ ਪਰ 30 ਡ੍ਰਿਪਾਂ ਲੱਗਦੇ ਲੱਗਦੇ ਮੈਨੂੰ ਬਹੁਤ ਆਰਾਮ ਮਿਲਿਆ ਮਤਲਬ ਇੰਨਾ ਆਰਾਮ ਮੈਂ ਇਹਨਾਂ ਦੀ ਬਹੁਤ ਸ਼ੁਕਰ ਗੁਜ਼ਾਰ ਹਾਂ ਡਾਕਟਰ ਸਾਹਿਬ ਦੀ ਕਿ ਇਹ ਮੈਨੂੰ ਮਿਲ ਗਈ ਵਰਨਾ ਮੈਂ ਟ੍ਰੀਟਮੈਂਟ ਕਰਾਉਣਾ ਨਹੀਂ ਸੀ ਹੋਰ ਨਾ ਮੈਂ ਓਪਰੇਸ਼ਨ ਕਰਾਉਣਾ ਸੀ ਮੈਨੂੰ ਡਰ ਲੱਗਦਾ ਸੀ ਅਤੇ ਨਾ ਮੈਂ ਕੋਈ ਐਂਜੀਓਗ੍ਰਾਫੀ ਐਂਜੀਓਪਲਾਸਟਿਕ ਕਰਾਉਣੀ ਸੀ ਉਸ 'ਚ ਮੇਰਾ ਵਿਸ਼ਵਾਸ ਉੱਠ ਗਿਆ ਸੀ ਕਿ ਉਹ ਬੇਕਾਰ ਉਸ ਤੋਂ ਬਾਅਦ ਜੀ ਮੈਂ ਕਦੇ 3 ਮਹੀਨੇ ਬਾਅਦ ਕਦੇ 4 ਮਹੀਨੇ ਬਾਅਦ ਡਾਕਟਰ ਦੇ ਅਨੁਸਾਰ ਡ੍ਰਿਪ ਲਵਾਉਂਦੀ ਰਹੀ ਅਤੇ ਹੁਣ ਇਸ ਟਾਈਮ ਮੈਂ 2 ਸਾਲ ਬਾਅਦ ਆਈ ਹਾਂ 2019 ਹੋ ਚੁੱਕਿਆ ਹੈ ਅਤੇ ਮੈਂ ਬਿਲਕੁਲ ਠੀਕ ਹਾਂ ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਅਤੇ ਇਸ ਕਰਕੇ ਮੈਂ ਆਪ ਬੀਤੀ ਤੁਹਾਨੂੰ ਇਸ ਕਰਕੇ ਦੱਸ ਰਹੀ ਹਾਂ ਕਿ ਇਹ ਸਭ ਤੋਂ ਬੈਸਟ ਹਾਰਟ ਦਾ ਇਲਾਜ ਹੈ ਤੁਸੀਂ ਇੱਥੇ ਇਲਾਜ ਕਰਾਓ ਔਰ ਮੈਂ ਤੁਹਾਨੂੰ ਬਿਲਕੁਲ ਸੱਚ ਬੋਲ ਰਹੀ ਹਾਂ ਮੇਰੇ ਨਾਲ ਆਪ ਬੀਤੀ ਮੈਂ ਬਹੁਤ ਖੁਸ਼ ਹਾਂ ਇਹ ਇਲਾਜ ਕਰਾ ਕੇ ਬਹੁਤ ਖੁਸ਼ ਹਾਂ ਔਰ ਮੈਂ ਜਿੰਨੀ ਵਾਰ ਆਉਂਦੀ ਹਾਂ ਉਨੀ ਵਾਰ ਡਾਕਟਰ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਡਾਕਟਰ ਸਾਹਿਬ ਮੈਂ ਤੁਹਾਡੀ ਵਜ੍ਹਾ ਨਾਲ ਬਚ ਗਈ ਥੈਂਕ ਯੂ